ਵਧੀਆ ਇਧਰ ਆ ਜਾਓ। ਚਲੋ ਸਾਡਾ ਤਾਂ ਬੱਚਾ ਰਿਹਾ ਨਹੀਂ ਦੀ, ਬਾਕੀ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਹੀ ਇਹ ਸਟਾਰਟਿੰਗ ਤੋਂ ਇਹ ਉਹਦੇ ਨਸ਼ੇ ਤੋਂ ਪਹਿਲਾਂ ਚਾਹੀਦਾ। ਮੇਰੇ ਕੋਲ ਕੁਛ ਰਿਹਾ ਨਹੀਂ। ਚਲੋ ਭੈਣ ਜੀ ਵਿਰਸਾ ਸਿੰਘ ਵਟੋਆ ਕਹਿੰਦਾ ਮੈਂ ਪੰਥਕ ਹਾਂ, ਮੇਰੇ ਤੇ NSA ਲੱਗੀ, ਮੈਂ 7 ਸਾਲ ਜੇਲ੍ਹ ਕੱਟੀ, 1 ਸਾਲ ਚ ਕਾਲਾ ਪੈ ਗਿਆ, ਉਹਨੂੰ ਕੀ ਕਹੋ? ਦੇਖੋ ਜੀ, ਆਪਾਂ ਥੋੜਾ ਜਿਹਾ ਕਹਿੰਦੇ ਹਾਸਾ ਮਜ਼ਾਕ ਕਰ ਲੈਂਦੇ ਹਾਂ। ਵੈਸੇ ਤਾਂ ਭਾਈ ਸਾਹਿਬ ਦਾ ਹੁਕਮ ਆ ਵੀ ਕਿਸੇ ਦਾ ਵਿਰੋਧ ਨਹੀਂ ਕਰਨਾ, ਪਰ ਮਜ਼ਾਕ ਤਾਂ ਕਰ ਹੀ ਸਕਦੇ ਨਾ, ਉਹ ਘਰ ਹਟਦੇ ਆ। ਤੇ ਕਹਿੰਦੇ ਵੀ ਕਿਸੇ ਇੱਕ ਮੈਡਮ ਨੇ ਸਟੂਡੈਂਟ ਨੂੰ ਪੁੱਛਿਆ ਵੀ ਜਿਹਦਾ 1 ਹੱਥ ਉੱਤੇ ਆ ਉਹਨੂੰ ਕੀ ਕਹਿੰਦੇ ਆ? ਕਹਿੰਦੇ ਜੀ ਉਹਨੂੰ ਸ਼ਕਤੀਮਾਨ। ਕਹਿੰਦੇ ਜਿਹਦੇ 2 ਹੱਥ ਉੱਤੇ ਆ ਕਹਿੰਦੇ ਜਿਹਨੂੰ ਵਿਰਸਾ ਸਿੰਘ ਬਲਟੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਡੇ ਅੱਜ ਸਾਡਾ ਇੱਕ ਨੌਜਵਾਨ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਏ। ਕਿਹੜੀ ਕਿਹੜੀ ਧਾਰਾ ਲੱਗੀ ਸੀ ਉਹਦੇ ਤੇ? NSA ਲੱਗੀ ਆ, ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਏ। ਆ ਦਸਤਾਰ ਨੂੰ ਪਾਉਣ ਵਾਲਿਆਂ ਤੇ NSA ਲੱਗਦੀ ਜੇ। ਇਹ ਦਸਤਾਰ ਜਦੋਂ ਚੀਨ ਨੂੰ ਡਰਾਉਣਾ ਹੋਏ ਚੀਨ ਦੇ ਬਾਰਡਰ ਤੇ, ਜਦੋਂ ਪਾਕਿਸਤਾਨ ਨੂੰ ਡਰਾਉਣਾ ਹੋਏ ਤੁਸੀਂ ਸਾਰੇ ਜਾਣਦੇ ਹੋ ਉਦੋਂ ਪਾਕਿਸਤਾਨ ਦੇ ਬਾਰਡਰ ਤੇ, ਜਦੋਂ ਲੰਗਰ ਲਾਉਣੇ ਹੋਣ ਉਦੋਂ ਦਸਤਾਰ। ਪਰ ਜਦੋਂ ਇਹ ਦਸਤਾਰ ਸਜਾਉਣ ਵਾਲੇ ਨੌਜਵਾਨ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਨ ਉਦੋਂ NSA। ਮੈਂ ਪੁੱਛਣਾ ਚਾਹੁੰਦਾ ਕਾਹਦਾ ਨਿਆਂ ਹੈ? ਇਹ ਔਕਾਤ ਪਰਖੀ ਜਾ ਰਹੀ ਹੈ ਦਿੱਲੀ ਦੇ ਤਖ਼ਤ ਤੇ ਬੈਠੇ ਹੁਕਮਰਾਨ ਦੀ। ਜਿਹੜੇ ਨੌਜਵਾਨਾਂ ਨੇ, ਕਹਿੰਦੇ ਦੇਸ਼ ਦਾ ਅੰਗ ਹੈ ਪੰਜਾਬ, ਜਿਹੜੇ ਨੌਜਵਾਨਾਂ ਨੇ ਦੇਸ਼ ਦੀ ਹਿਫਾਜ਼ਤ ਕਰਨੀ ਸੀ,
ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਕੋਲ ਫੇਰ ਦੁਆਰਾ ਵੀ ਸੁਣਨੀ ਤੋਂ ਬਾਅਦ ਇਸ 24 ਦੇ ਵਿਚ ਫੇਰ ਇੱਕ ਬੇਨਤੀ ਲੈ ਕੇ ਆਈ ਕਿ ਆਪਾਂ ਜਿਹੜਾ ਸੰਤਾਪ ਹੰਡਾਇਆ ਹੈ, ਪੰਜਾਬ ਨੇ, ਪੰਥ ਨੇ ਸੰਤਾਪ ਹੰਡਾਇਆ, ਪਰਿਵਾਰਾਂ ਨੇ ਸੰਤਾਪ ਹੰਡਾਇਆ, ਜਿਨ੍ਹਾਂ ਦੇ ਬੱਚੇ ਚੱਕ ਚੱਕ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ, ਉਹਨਾਂ ਨੂੰ ਕਫਨ ਵੀ ਨਸੀਬ ਨਾ ਹੋਏ, ਉਹਨਾਂ ਨੂੰ ਲੱਕੜਾਂ ਵੀ ਘਰ ਦੀਆਂ ਨਸੀਬ ਨਾ ਹੋਈਆਂ। ਜਸਵੰਤ ਸਿੰਘ ਖਾਲੜਾ ਨੂੰ ਇੱਕ ਚੈਲੰਜ KPS ਗਿੱਲ ਨੇ ਦਿੱਤਾ ਸੀ ਕਿ ਜੇ ਤੂੰ 25,000 ਦਾ ਹਿਸਾਬ ਮੰਗਦਾ ਤੇ ਅਸੀਂ 25,000 ਦਾ ਵੀ ਦੇ ਦੇਵਾਂਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੇ ਇਹ ਘਟਨਾ ਉਸੇ ਤਰ੍ਹਾਂ ਹੀ ਘਟੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਉਸ ਵੇਲੇ ਦੇ ਮੇਰਾ ਖਿਆਲ 25,000 ਇੱਕ ਲਾਸ਼ ਬਣੇ, ਉਹਨਾਂ ਦੀ ਵੀ ਲਾਸ਼ ਕਿਸੇ ਨੂੰ ਨਹੀਂ ਮਿਲੀ। ਤੇ ਅਸੀਂ ਕਾਨੂੰਨੀ ਲੜਾਈ ਦੇ ਵਿੱਚ ਆਏ, ਕਾਨੂੰਨੀ ਲੜਾਈ ਬੜੀ ਤਰੀਕੇ ਨਾਲ ਚੰਗੇ ਵਕੀਲਾਂ ਦੇ ਨਾਲ ਤੇ ਚੰਗੇ ਲੋਕਾਂ ਦੇ ਘੇਰੇ ਵਿੱਚ ਰਹਿ ਕੇ ਅਸੀਂ ਕਾਨੂੰਨੀ ਲੜਾਈ ਲੜੀ, ਪਰ ਉੱਥੋਂ ਵੀ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਹਨਾਂ ਨੇ ਇਹ ਕੋਰਟ ਦੇ ਵਿੱਚ ਇਹੋ ਹੀ ਗੱਲ ਕਹੀ ਗਏ ਕਿ ਉਹਨਾਂ ਨੇ ਐਫੀਡੇਵਿਟ ਲਾਏ ਕਿ ਨਾ ਹੀ ਇਹ ਬੰਦਾ ਸਾਨੂੰ ਚਾਹੀਦਾ ਸੀ, ਅਸੀਂ ਨਾ ਹੀ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿਛਲੇ ਕੁਝ ਦਿਨਾਂ ਤੋਂ ਇੱਥੇ ਦਿਬਰੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਜੋ ਡੇਲੀ ਬੇਸਿਸ 'ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ੍ਹ ਦਿਬਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਹੈ ਉਹ ਮੁਕੰਮਲ ਕਰ ਲਿਆ ਅਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਅਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ, ਅਤੇ ਸਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ, ਇਹੋ ਮੇਰੀਆਂ ਬੇਨਤੀਆਂ ਨੇ। ਜੇਕਰ ਲੋਕ ਸਭਾ ਚੋਣਾਂ 2024 ਦੇ ਵਿੱਚ ਚੱਲ ਰਹੇ ਪ੍ਰਚਾਰ ਦੌਰਾਨ ਵੱਖ ਵੱਖ ਸੀਟਾਂ 'ਤੇ ਆਏ ਸਾਹਮਣੇ ਉਸ ਨਤੀਜੇ ਦੀ ਗੱਲ ਕਰੀਏ ਜੋ ਲੋਕਾਂ ਦੁਆਰਾ ਆਪਣੇ ਉਤਸ਼ਾਹ ਦੁਆਰਾ ਪ੍ਰਗਟਾਇਆ ਜਾ ਰਿਹਾ ਹੈ, ਤਾਂ ਇਸ ਮੌਕੇ ਖਡੂਰ ਲੋਕ ਸਭਾ ਸੀਟ ਤੋਂ ਜਿੱਥੇ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ 'ਤੇ ਚੋਣ ਮੈਦਾਨ ਦੇ ਵਿੱਚ ਹਨ, ਤਾਂ ਉਹਨਾਂ ਦੇ ਮਾਤਾ ਪਿਤਾ ਜਾਂ ਟੀਮ ਦੇ ਮੈਂਬਰ ਜਿੱਥੇ ਜਿੱਥੇ ਵੀ ਜਾਂਦੇ ਹਨ ਤਾਂ ਲੋਕ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਜਵਾਕਾਂ ਨੂੰ ਜਾਂ ਫਿਰ ਸਮਾਜ ਦੇ ਵਿੱਚੋਂ ਨਸ਼ੇ ਖਤਮ ਕਰਨ ਦੇ ਲਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਆਉਣਾ ਅਤੇ ਨਸ਼ੇ ਛਡਵਾਉਣ ਦੇ ਲਈ ਇੱਕ ਖਾਲਸਾ ਵਹੀਰ ਦਾ ਚਲਾਉਣਾ, ਇੱਕ ਮੁਹਿੰਮ ਦਾ ਚਲਾਉਣਾ ਬਹੁਤ ਵੱਡੀ ਮੰਗ ਹੈ ਇਸ ਸਮੇਂ ਦੀ। ਅਤੇ ਇਸ ਮੌਕੇ ਕਈ ਵਾਰ ਅਜਿਹਾ ਵੀ ਹੁੰਦਾ ਹੈ, ਕੁਝ ਅਜਿਹੀਆਂ ਵੀਡੀਓਜ਼ ਵੀ ਆਉਂਦੀਆਂ ਨੇ, ਕੁਝ ਅਜਿਹੇ ਲੋਕ ਸਾਹਮਣੇ ਆਉਂਦੇ ਨੇ ਜਿਹੜੇ ਕਿ ਹਰ ਇੱਕ ਨੂੰ ਭਾਵੁਕ ਕਰ ਦਿੰਦੇ ਨੇ। ਅਜਿਹੀ ਇੱਕ ਮਾਤਾ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਕੋਲ ਗੱਲ ਕਰਦੀ ਹੋਈ ਰੋ ਪਈ ਅਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜਲਦ ਤੋਂ ਜਲਦ ਬਾਹਰ ਲੈ ਕੇ ਆਓ ਤਾਂ ਕਿ ਪੰਜਾਬ ਦੀ ਜਵਾਨੀ ਦਾ ਬਚਾਅ ਹੋ ਸਕੇ। ਤੁਹਾਡਾ ਕੀ ਕਹਿਣਾ ਇਸ ਬਾਰੇ ਜ਼ਰੂਰ ਕਮੈਂਟ ਕਰਨਾ ਕਿ ਤੁਹਾਨੂੰ ਲੱਗਦਾ ਹੈ ਕਿ ਵਾਕਈ ਅੰਮ੍ਰਿਤਪਾਲ ਸਿੰਘ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ 6ਵਾਂ ਦਰਿਆ ਚੱਲ ਰਿਹਾ ਉਸ 'ਤੇ ਰੋਕ ਲਗਾ ਸਕਦਾ, ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ, ਅਤੇ ਜੇਕਰ ਤੁਹਾਡੇ ਕੁਝ ਹੋਰ ਵਿਚਾਰ ਨੇ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ। ਆਓ ਦੇਖੋ ਇਹ ਖਾਸ ਅਪਡੇਟ। ਖਡੂਰ ਸਾਹਿਬ ਕਹਿੰਦੇ ਗੁਰੂ ਦੀ ਨਗਰੀ, ਗੁਰੂ ਦਾ ਹੀ ਸਿੰਘ ਉੱਥੇ ਰਾਜ ਕਰੂਗਾ। ਖਡੂਰ ਸਾਹਿਬ ਕਹਿੰਦੇ ਗੁਰੂ ਦੀ ਨਗਰੀ, ਗੁਰੂ ਦਾ ਹੀ ਸਿੰਘ ਉੱਥੇ ਰਾਜ ਕਰੂਗਾ। ਰਾਜ
ਰਾਜ ਖਾਲਸੇ ਦਾ ਹੋਣਾ ਦੁਨੀਆਂ ਤੇ ਪੂਰਾ ਜੀ। ਪਹਿਲਾ ਐਮਪੀ ਹੋਣਾ ਹੱਥ ਸ਼ਮਸ਼ੀਰ ਵਾਲਾ ਏ, ਪਿੱਛੇ ਪਿੱਛੇ ਆਉਂਦਾ ਬਾਬਾ ਤੀਰ ਵਾਲਾ ਏ, ਜਿਤਾਉਣਾ ਬਾਬਾ ਖਾਲਸਾ ਵਹੀਰ ਵਾਲਾ ਏ, ਪਿੱਛੇ ਪਿੱਛੇ ਆਉਂਦਾ ਬਾਬਾ ਤੀਰ ਵਾਲਾ ਏ, ਜਿਤਾਉਣਾ ਬਾਬਾ ਖਾਲਸਾ ਵਹੀਰ ਵਾਲਾ ਏ, ਜਿਤਾਉਣਾ ਬਾਬਾ ਖਾਲਸਾ ਵਹੀਰ ਵਾਲਾ ਏ। ਸਾਰਿਆਂ ਨੂੰ ਬੇਨਤੀ ਆ, ਖੰਡੂਰ ਸਾਹਿਬ ਵਾਲਿਆਂ ਨੂੰ ਵੀ ਹੱਥ ਬੰਨ ਕੇ ਬੇਨਤੀ ਆ, ਭਾਈ ਸਾਹਿਬ ਅੰਮ੍ਰਿਤਪਾਲ ਨੂੰ ਵੋਟ ਪਾਓ, ਵੱਧ ਤੋਂ ਵੱਧ ਜਿਤਾਓ, ਸਮਰਥਨ ਕਰੋ ਹੈ ਜੀ, ਅਤੇ ਸਿੱਖੀ ਦਾ ਸਬੂਤ ਦੇਵੋ, ਆਪਣੀ ਏਕਤਾ ਦਾ ਸਬੂਤ ਦੇਵੋ। ਚਲੋ ਚਲੋ ਕਿਹੜੇ ਸ਼ਬਦ ਤਾਂ ਨਹੀਂ ਬੋਲਦਾ, ਪਰ ਜਿਹੜਾ ਹੁਣ ਕਲੰਕ ਮੱਥੇ 'ਤੇ ਲੱਗਿਆ ਹੋਇਆ ਨਾ, ਉਹ ਲਾ ਦੇਈਏ ਆਪਾਂ ਨੂੰ, ਟਾਈਮ ਮਿਲਿਆ ਹੋ ਲਾਉਣ ਦਾ। ਚਲੋ ਸਾਡਾ ਤਾਂ ਬੱਚਾ ਰਿਹਾ ਨੀ ਜਿਹੜਾ ਵਿਰਸਾ ਸਿੰਘ ਵਟੋਆ ਕਹਿੰਦਾ ਮੈਂ ਪੰਥਕ ਹਾਂ, ਮੇਰੇ ਤੇ NSA ਲੱਗੀ, ਮੈਂ 7 ਸਾਲ ਜੇਲ੍ਹ ਕੱਟੀ, 1 ਸਾਲ ਚ ਕਾਲਾ ਪੈ ਗਿਆ, ਉਹਨੂੰ ਕੀ ਕਹੋ? ਦੇਖੋ ਜੀ, ਆਪਾਂ ਥੋੜਾ ਜਿਹਾ ਕਹਿੰਦੇ ਹਾਸਾ ਮਜ਼ਾਕ ਕਰ ਲੈਂਦੇ ਹਾਂ। ਵੈਸੇ ਤਾਂ ਭਾਈ ਸਾਹਿਬ ਦਾ ਹੁਕਮ ਆ ਵੀ ਕਿਸੇ ਦਾ ਵਿਰੋਧ ਨਹੀਂ ਕਰਨਾ, ਪਰ ਮਜ਼ਾਕ ਤਾਂ ਕਰ ਹੀ ਸਕਦੇ ਨਾ, ਉਹ ਘਰ ਹਟਦੇ ਆ। ਤੇ ਕਹਿੰਦੇ ਵੀ ਕਿਸੇ ਇੱਕ ਮੈਡਮ ਨੇ ਸਟੂਡੈਂਟ ਨੂੰ ਪੁੱਛਿਆ ਵੀ ਜਿਹਦਾ 1 ਹੱਥ ਉੱਤੇ ਆ ਉਹਨੂੰ ਕੀ ਕਹਿੰਦੇ ਆ? ਕਹਿੰਦੇ ਜੀ ਉਹਨੂੰ ਸ਼ਕਤੀਮਾਨ। ਕਹਿੰਦੇ ਜਿਹਦੇ 2 ਹੱਥ ਉੱਤੇ ਆ, ਕਹਿੰਦੇ ਜਿਹਨੂੰ ਵਿਰਸਾ ਸਿੰਘ ਬਲਟੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ
ਅੱਜ ਸਾਡਾ ਇੱਕ ਨੌਜਵਾਨ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਏ। ਕਿਹੜੀ ਕਿਹੜੀ ਧਾਰਾ ਲੱਗੀ ਸੀ ਉਹਦੇ ਤੇ? ਐਨਐਸਏ ਲੱਗੀ ਆ, ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਏ। ਆ ਦਸਤਾਰ ਨੂੰ ਪਾਉਣ ਵਾਲਿਆਂ ਤੇ ਐਨਐਸਏ ਲੱਗਦੀ ਜੇ। ਇਹ ਦਸਤਾਰ ਜਦੋਂ ਚੀਨ ਨੂੰ ਡਰਾਉਣਾ ਹੋਏ ਚੀਨ ਦੇ ਬਾਰਡਰ ਤੇ, ਜਦੋਂ ਪਾਕਿਸਤਾਨ ਨੂੰ ਡਰਾਉਣਾ ਹੋਏ ਤੁਸੀਂ ਸਾਰੇ ਜਾਣਦੇ ਹੋ ਉਦੋਂ ਪਾਕਿਸਤਾਨ ਦੇ ਬਾਰਡਰ ਤੇ, ਜਦੋਂ ਲੰਗਰ ਲਾਉਣੇ ਹੋਣ ਉਦੋਂ ਦਸਤਾਰ। ਪਰ ਜਦੋਂ ਇਹ ਦਸਤਾਰ ਸਜਾਉਣ ਵਾਲੇ ਨੌਜਵਾਨ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਨ ਉਦੋਂ ਐਨਐਸਏ। ਮੈਂ ਪੁੱਛਣਾ ਚਾਹੁੰਦਾ ਕਾਹਦਾ ਨਿਆਂ ਏ? ਇਹ ਔਕਾਤ ਪਰਖੀ ਜਾ ਰਹੀ ਹੈ ਦਿੱਲੀ ਦੇ ਤਖ਼ਤ ਤੇ ਬੈਠੇ ਹੁਕਮਰਾਨ ਦੀ। ਜਿਹੜੇ ਨੌਜਵਾਨਾਂ ਨੇ, ਕਹਿੰਦੇ ਦੇਸ਼ ਦਾ ਅੰਗ ਹੈ ਪੰਜਾਬ, ਜਿਹੜੇ ਨੌਜਵਾਨਾਂ ਨੇ ਦੇਸ਼ ਦੀ ਹਿਫਾਜ਼ਤ ਕਰਨੀ ਸੀ। ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਕੋਲ ਫੇਰ ਦੁਆਰਾ ਵੀ ਸੁਣਨੇ ਤੋਂ ਬਾਅਦ ਇਸ 24 ਦੇ ਵਿੱਚ ਫੇਰ ਇੱਕ ਬੇਨਤੀ ਲੈ ਕੇ ਆਈ ਹਾਂ ਕਿ ਆਪਾਂ ਜਿਹੜਾ ਸੰਤਾਪ ਹੰਡਾਇਆ ਹੈ ਪੰਜਾਬ ਨੇ, ਪੰਥ ਨੇ ਸੰਤਾਪ ਹੰਡਾਇਆ, ਪਰਿਵਾਰਾਂ ਨੇ ਸੰਤਾਪ ਹੰਡਾਇਆ, ਜਿਨ੍ਹਾਂ ਦੇ ਬੱਚੇ ਚੱਕ ਚੱਕ ਸ਼ਹੀਦ ਕਰਕੇ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ, ਉਹਨਾਂ ਨੂੰ ਕਫਨ ਵੀ ਨਸੀਬ ਨਾ ਹੋਏ, ਉਹਨਾਂ ਨੂੰ ਲੱਕੜਾਂ ਵੀ ਘਰ ਦੀਆਂ ਨਸੀਬ ਨਾ ਹੋਈਆਂ। ਜਸਵੰਤ ਸਿੰਘ ਖਾਲੜਾ ਨੂੰ ਇੱਕ ਚੈਲੰਜ KPS ਗਿੱਲ ਨੇ ਦਿੱਤਾ ਸੀ ਕਿ ਜੇ ਤੂੰ 25,000 ਦਾ ਹਿਸਾਬ ਮੰਗਦਾ ਤੇ ਅਸੀਂ 25,000 ਦਾ ਵੀ ਦੇ ਦੇਵਾਂਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੇ ਇਹ ਘਟਨਾ ਉਸੇ ਤਰ੍ਹਾਂ ਹੀ ਘਟੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਉਸ ਵੇਲੇ ਦੇ ਮੇਰਾ ਖਿਆਲ 25,000 ਇੱਕ ਲਾਸ਼ ਬਣੇ, ਉਹਨਾਂ ਦੀ ਵੀ ਲਾਸ਼ ਕਿਸੇ ਨੂੰ ਨਹੀਂ ਮਿਲੀ। ਤੇ ਅਸੀਂ ਕਾਨੂੰਨੀ ਲੜਾਈ ਦੇ ਵਿੱਚ ਆਏ, ਕਾਨੂੰਨੀ ਲੜਾਈ ਬੜੀ ਤਰੀਕੇ ਨਾਲ ਚੰਗੇ ਵਕੀਲਾਂ ਦੇ ਨਾਲ ਤੇ ਚੰਗੇ ਲੋਕਾਂ ਦੇ ਘੇਰੇ ਵਿੱਚ ਰਹਿ ਕੇ ਅਸੀਂ ਕਾਨੂੰਨੀ ਲੜਾਈ ਲੜੀ, ਪਰ ਉੱਥੋਂ ਵੀ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਹਨਾਂ ਨੇ ਇਹ ਕੋਰਟ ਦੇ ਵਿੱਚ ਇਹੋ ਹੀ ਗੱਲ ਕਹੀ ਗਏ ਕਿ ਉਹਨਾਂ ਨੇ ਐਫੀਡੇਵਿਟ ਲਾਏ ਕਿ ਨਾ ਹੀ ਇਹ ਬੰਦਾ ਸਾਨੂੰ ਚਾਹੀਦਾ ਸੀ, ਅਸੀਂ ਨਾ ਹੀ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿਛਲੇ ਕੁਝ ਦਿਨਾਂ ਤੋਂ ਇੱਥੇ ਦਿਬਰੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਜੋ ਡੇਲੀ ਬੇਸਿਸ 'ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ੍ਹ ਦਿਬਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਹੈ ਉਹ ਮੁਕੰਮਲ ਕਰ ਲਿਆ ਅਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਅਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ, ਅਤੇ ਸਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ, ਇਹੋ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।